ਤੁਹਾਨੂੰ ਅੱਜ ਮੈਂ ਦੱਸਦਾ ਕਿ ਮੈਂ ਇਲੈਕਸ਼ਨ ਕਿੱਦਾਂ ਹਾਰਿਆ। ਗੌਰ ਨਾਲ ਸੁਣਨਾ ਜੇ, ਤੁਹਾਨੂੰ ਅੱਜ ਮੈਂ ਦੱਸਾਂਗਾ ਕਿ ਮੇਰੇ ਨਾਲ ਹੋਇਆ ਕੀ ਹੈ। ਉਹ ਚਲੋ ਦੱਸ ਵੀ ਦਿਓ, ਮੂੰਹ ਬੰਦ ਕਰ, ਬਕਵਾਸ ਬੰਦ ਕਰ। ਉਹ ਦੱਸ ਤੇ ਸਹੀ ਹੋਇਆ ਕੀ ਹੈ, ਤੈਨੂੰ ਕੱਲੇ ਨੂੰ ਦੱਸਾਂ ਨਹੀਂ ਸਾਰਿਆਂ ਨੂੰ। ਅੱਜ ਮੈਂ ਕੈਸਾ ਰਾਤ ਫਾਸ਼ ਕਰਾਂਗਾ। ਉਹ ਕਿਦੋਂ ਕਰੇਗਾ ਭਾਈ, ਹਨੇਰਾ ਹੁੰਦਾ ਯਾਰ। ਭਲਾ ਕਿੱਦਾਂ ਇਮਰਾਨ ਖਾਨ ਨੇ ਮੈਨੂੰ ਹਰਾਇਆ? ਉਹ ਦੱਸ ਦੇ ਕਿੱਦਾਂ, ਏਡੀ ਵੱਡੀ ਸਾਜ਼ਿਸ਼ ਹੋਈ ਮੇਰੇ ਨਾਲ। ਉਹ ਭਾਈ ਕੀ ਹੋਇਆ, ਮੈਂ ਇਲੈਕਸ਼ਨ ਬਿਲਕੁਲ ਨਹੀਂ ਸੀ ਹਰਨਾ। ਕਿਵੇਂ ਹਰਿਆ? ਮੈਨੂੰ ਅੱਜ ਦੱਸਣ ਤੇ ਤੁਸੀਂ ਮਜਬੂਰ ਕਰ ਦਿੱਤਾ। ਚੱਲ ਫੇ ਦੱਸ। ਦੱਸ ਕੇ ਜਾਵਾਂਗਾ, ਮੈਂ ਉਂਝ ਨਹੀਂ ਜਾਂਦਾ। ਦੱਸ, ਥੋੜੇ ਜਿਹੇ ਬੰਦੇ ਤੇ ਹੋਰ ਇਕੱਠੇ ਹੋ ਲੈਂਦੇ ਹੋ? ਮੈਂ ਇਲੈਕਸ਼ਨ ਹਾਰ ਜਾਏ ਹੋ ਨਹੀਂ ਸੀ ਸਕਦਾ, ਪਰ ਮੈਂ ਦੱਸਾਂ ਕਿਉਂ ਹਰਿਆ। ਉਹ ਨਹੀਂ ਯਾਰ, ਲਾਣਤ ਭੇਜ ਇਸ ਗੱਲ ਤੇ, ਕੋਈ ਹੋਰ ਗੱਲ ਕਰ। ਪਰੇ ਪਰੇ ਖੋਲ ਦੋ ਥੋੜਾ ਥੋੜਾ। ਕਿਉਂ ਭਾਈ, ਤੂੰ ਬੇਦ ਵੰਡਣ ਲੱਗਾ? ਤੁਸੀਂ ਮੇਰਾ ਖਿਆਲ ਸੁਣਨਾ ਹੀ ਨਹੀਂ ਚਾਹੁੰਦੇ। ਤੂੰ ਸੁਣਾਉਣਾ ਹੀ ਨਹੀਂ ਚਾਹੁੰਦਾ। ਮੈਂ ਭਲਾ ਕਿੱਦਾਂ ਹਰਿਆ? ਉਹ ਦੱਸ ਦੇ ਕਿੱਦਾਂ ਯਾਰ। ਇਦਾਂ ਮੈਂ ਨਹੀਂ ਦੱਸਣਾ, ਬੋਲੇ ਕੋਈ ਨਾ ਬਾਦ ਨਾ ਵਿੱਚ ਸੁਣਨੀ ਗੱਲ ਤੇ। ਓਏ ਚੁੱਪ ਕਰ ਜੋ ਏ। ਉਹ ਅੱਜ ਸਾਦ ਰਫੀਕ ਹੋਵੇ ਤਾਂ ਇਲੈਕਸ਼ਨ ਹਰ ਜਾਏ, ਇਹ ਨਹੀਂ ਹੋ ਸਕਦਾ। ਓਏ ਹੋ ਗਿਆ ਹੀ। ਉਹ ਤੈਨੂੰ ਕੀ ਪਤਾ ਕਿੱਦਾਂ ਹੋਇਆ? ਕਿੱਦਾਂ? ਓਏ ਇਮਰਾਨ ਖਾਨ ਕੱਲ ਦਾ ਬੱਚਾ, ਮੈਨੂੰ ਪਤਾ ਉਹ ਕਿੱਦਾਂ ਜਿੱਤਿਆ। ਓਏ ਦੱਸ ਦੇ। ਓਏ ਦੱਸ ਦੇਣਾ, ਸਬਰ ਕਰ। ਓਏ ਕਿਵੇਂ ਦੱਸਣਾ ਈ? ਓਏ ਦੱਸਦਾ ਦੱਸਦਾ ਠਹਿਰ, ਆਪਣੀ ਨਹੀਂ ਤੁਹਾਨੂੰ ਰੋਣਾ ਰਿਹਾ। ਤੂੰ ਹਰਿਆ ਕਿੱਦਾਂ? ਦੱਸਦਾ ਦੱਸ। ਕੋਈ ਮਾਈ ਦਾ ਲਾਲ ਹਰਾ ਸਕਦਾ ਸੀ ਮੈਨੂੰ? ਤੂੰ ਕਿੱਦਾਂ ਹਰਿਆ ਯਾਰ? ਕੀ ਬਕਵਾਸ ਕਰ ਰਿਹਾ, ਮੈਨੂੰ ਨਹੀਂ ਪਤਾ ਮੇਰੀ। ਦੱਸ। ਅੱਛਾ ਲੈ ਯਾਰ, ਤੂੰ ਸੁਣ ਲੈ। ਦੱਸ ਜੇਤੀ ਇਮਰਾਨ ਖਾਨ ਦੇ ਨਾਲੋਂ ਮੇਰੀ ਸੰਦੂਕੜੀ ਚੋਂ ਵੋਟ ਘੱਟ ਨਿਕਲੇ, ਇਸ ਤੋਂ ਹਰਿਆ ਯਾਰ। ਹੁਣ ਸਮਝ ਲੱਗੀ?